आंख दा पुछो का ओके हाँ अल्लाह प्यार। हाँ सिंक्रोनाइज कर लो। राजा आंख दा पुछो का ए छापा कितों दाम ने नाल चमोड़िया जे राह जांदड़े किसे ने राह जांदड़े किसे ना पौन चंबड़ ए भूतना कितों चमोड़िया जे ओ राजा पूछदा है कि इन्हू दसो कि ये जे ये जिहड़ा ये छापा है छापा होंदा है किसे दरखत दी कोई टुटी हुई लगर। सतिंदर जी म्यूट कर लो। हाँ जी सर कर दा कर दा कर दा। टहनी मतलब टहनी जड़ी टुटी है ना। हाँ जी टहनी जड़ी है ना कुछ उन पंजाबी छापा कहेंगे ने ते ओ जे कंडिया वाला छापा हो तुसी लागो उसी नंगो तो ताड़े नाल चंबड़ जाता है। ये इत्थे कह रहा है कि राजा आखदा पुछो का ये छापा ਕਿਥੋਂ ਦਾਮਨੇ ਨਾਲ ਚੰਬੋੜਿਆ ਜੇ ਦਾਮਨ ਹੁੰਦਾ ਹੈ ਤੁਹਾਡੇ ਤੁਹਾਡਾ ਜਿਹੜੀ ਝੋਲੀ ਹੈ ਜਾਂ ਤੁਹਾਡੇ ਕੱਪੜੇ ਜਿਹੜੇ ਨੇ ਉਹ ਦਾਮਨ ਪੱਲਾ ਤੁਹਾਡਾ ਪੱਲਾ ਜਿਹੜਾ ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ ਇਹ ਰਾਹ ਜਾਂਦਿਆਂ ਤੁਸੀਂ ਚੰਬੜ ਜਾਂਦੇ ਇਹ ਪੂਤਨਾ ਕਿੱਥੋਂ ਚਮੋੜਿਆ ਜੇ ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ ਕਿਸੇ ਹੁਟਕਿਆ ਤੇ ਨਾ ਹੀ ਹੋ ਰਿਹਾ ਜੇ ਮਤਲਬ ਇਹ ਹਾਊ ਇਟ ਇਜ਼ ਪੋਸੀਬਲ ਕਿ ਇਹ ਸਾਰੇ ਜਹਾਨ ਦੇ ਵਿੱਚ ਝਗੜਦਾ ਫਿਰਦਾ ਸੀ ਇਹਨੂੰ ਕਿਸੇ ਨੇ ਰੋਕਿਆ ਹੀ ਨਾ ਹੋਵੇ ਪਰ ਜੇ ਉਹਨਾਂ ਨੂੰ ਝੂਠਾ ਕਰ ਰਿਹਾ ਨਾ ਖੇੜਿਆਂ ਨੂੰ ਵਾਰਿਸ ਸ਼ਾਹ ਕੁਸੰਬੇ ਦੇ ਫੋਕ ਵਾਂਗੂ ਵਾਰਿਸ ਸ਼ਾਹ ਕੁਸੰਬੇ ਦੇ ਫੋਕ ਵਾਂਗੂ ਉਹਦਾ ਉੱਪੜਾ ਰਸਾ ਨਿਚੋੜਿਆ ਜੀ ਕੁਸੰਬਾ ਹੁੰਦਾ ਹੈ ਇੱਕ 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 ਫਲ ਹੈ ਜਿਹਦੇ ਰਸੇ ਦੇ ਨਾਲ ਲਾਲ ਰੰਗ ਚੜਾਇਆ ਜਾਂਦਾ ਸੀਗਾ ਕੁਸੰਬਾ ਇਹ ਪੰਜਾਬੀ ਪੋਲਟੀ ਚ ਕਾਫੀ ਆਉਂਦਾ ਹੈ ਨੀ ਮੈਂ ਕੁਸੰਬਾ ਚੁਣ ਚੁਣ ਹਾਰੀ। ਅੱਛਾ ਬਾਰਿਸ਼ਾਹ ਕੁਸੰਬੇ ਦੇ ਫੋਗ ਤੇ ਫੋਗ ਤੁਹਾਨੂੰ ਪਤਾ ਨਾ ਕੀ ਹੁੰਦਾ ਹੈ ਜਦੋਂ ਕਿਸੇ ਸ਼ਹਿਰ ਦੇ ਵਿੱਚੋਂ ਰਸ ਕੱਢ ਲਈ ਰਸ ਕੱਢ ਲਿਆ ਜਾਏ ਤੇ ਜੋ ਬਾਕੀ ਬਚਦਾ ਹੈ ਉਹ ਭੋਗ ਹੁੰਦਾ ਹੈ। ਬਾਰਿਸ਼ਾ ਕੁਸੰਬੇ ਦੇ ਭੋਗ ਵਾਂਗੂ ਉਹਦਾ ਉਕੜਾ ਉਕੜਾ ਦਾ ਮਤਲਬ ਐਬਸੋਲੂਟ ਸਾਰਾ ਤਮਾਮ ਕੰਪਲੀਟ ਉਕੜਾ ਨਸ਼ਾ ਰਸਾ ਨਿਚੋੜਿਆ ਸਾਰਾ ਨਸ਼ਾ ਉਹਦਾ ਨਿਚੋੜ ਲਿੱਤਾ ਗਿਆ। ਡਾਕਟਰ ਸਾਹਿਬ ਇੱਕ ਕੁਐਸਚਨ ਪੁੱਛਾਂ। ਹਾਂਜੀ ਇੱਕ ਕੁਐਸਚਨ ਪੁੱਛਾਂ ਕਿ ਜਿਹੜਾ ਕੁਸੰਬੜਾ ਦਾ ਫੁੱਲ ਹੈਗਾ ਉਹ ਪੋਸ ਦੇ ਫੁੱਲ ਨੂੰ ਕਹਿੰਦੇ ਆ ਪੋਸ ਜਿਹੜਾ ਹੁੰਦਾ ਡੋਡਿਆਂ ਦਾ? ਨਹੀਂ 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 ਪੋਸ ਹੋਰ ਹੈ। ਅੱਛਾ ਨਹੀਂ 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 ਪੋਸ ਹੋਰ ਹੈ ਕੁਸੰਬੜਾ ਹੋਰ। ਅੱਛਾ ਜੀ ਅਗਲਾ ਬਾਣ ਜੀ 603 ਕਿੱਥੋਂ ਆਇਆ ਕਾਲ ਵਿੱਚ ਭੁੱਖ ਮਰਦਾ ਇਹ ਚਾਰ ਸੀ ਮਹਿਰ ਦੀਆਂ ਖੌਲੀਆਂ ਖੋਲੀਆਂ ਦਾ ਇਹ ਹੁਣ ਖੇੜੇ ਕਹਿ ਰਹੇ ਨੇ ਕਿ ਇੱਕ ਤੋਂ ਕਾਲ ਵਿੱਚੋਂ ਡਰਾਊਟ ਵਿੱਚੋਂ ਭੁੱਖਾ ਮਰਦਾ ਆਇਆ ਸੀ ਤੇ ਇਹ ਜਿਹੜਾ ਮਹਿਰ ਹੈ ਯਾਨੀ ਉਹ ਹੀਰ ਦਾ ਪਿਓ ਉਹਦੀਆਂ ਖੋਲੀਆਂ ਦਾ ਚਾੜਦਾ ਸੀ ਖੋਲੀਆਂ ਦਾ ਮਤਲਬ ਮੱਝਾਂ ਡੰਗਰ ਉਹਦੇ ਚਾੜਦਾ ਸੀ। ਲੋਕ ਕਰਨ ਵਿਚਾਰ ਜਵਾਨ ਬੇਟੀ ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ ਤੇ ਜਦੋਂ ਇਹ ਉੱਥੇ ਚਾੜਦਾ ਸੀ ਤੇ ਲੋਕੀ ਜਿਹੜੇ ਨੇ ਉਹ ਸੋਚਦੇ ਸਨ ਕਿ ਇਹ ਕੀ ਕਰ ਰਿਹਾ ਇੱਥੇ ਤੇ ਉਹਦੀ ਜਵਾਨ ਕੁੜੀ ਸੀ ਮਹਿਰ ਦੀ ਤੇ ਉਹਨੂੰ ਲੋਕਾਂ ਦੀਆਂ ਬੋਲੀਆਂ ਦਾ ਤਾਨਿਆਂ ਦਾ ਬੜਾ ਫਿਕਰ ਸੀ। ਛੇਲ ਛੈਲ ਨੱਦੜੀ ਵੇਖ ਕੇ ਮਗਰ ਲੱਗਾ ਇਹ ਬੜੀ ਚੰਚਲ ਕੁੜੀ ਨੂੰ ਵੇਖ ਕੇ ਉਹਦੇ ਪਿੱਛੇ ਲੱਗ ਗਿਆ ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ ਹਿਲਿਆ ਹੋਣਾ ਹੁੰਦਾ ਹੈ ਕਿਸੇ ਦਾ ਕੋਈ ਆਦਤ ਪੈ ਜਾਣੀ ਮਤਲਬ ਇਹ ਜਿਹੜੀਆਂ ਸਿਆਲਾਂ ਦੀਆਂ ਗੋਲੀਆਂ ਸਨ ਸਿਆਲਾਂ ਦੀਆਂ ਜਿਹੜੀਆਂ ਨੌਕਰਾਣੀਆਂ ਸਨ ਉਹਨਾਂ ਦੇ ਨਾਲ ਇਹ
ਇਹ ਇਸ਼ਕ ਲੜਾ ਲੜਾ ਕੇ ਤੇ ਇਹਨੂੰ ਆਦਤ ਪੈ ਗਈ ਹੋਈ ਸੀ ਤੇ ਤਾਂ ਇਹ ਇਸਦੇ ਪਿੱਛੇ ਲੱਗ ਗਿਆ। ਇੱਕ ਮਤਲਬ ਮੀਂਹ ਚਾਰ ਕੇ ਮੱਚਿਆ ਦਾ ਵਿਆਹ ਤੇ ਹੋਇਆ ਵਾਰ ਸੀ ਸਾਡੀਆਂ ਡੋਲੀਆਂ ਦਾ ਮੱਝਾਂ ਚਾਰ ਕੇ ਤੇ ਇਹਨੇ ਦਾਅਵਾ ਕਰ ਦਿੱਤਾ ਕਿ ਮੈਂ ਤੁਹਾਡਾ ਜਵਾਈ ਵੀ ਬਣਨਾ। ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਮਤਲਬ ਮਸ਼ਹੂਰ ਕਹਿੰਦੇ ਤੇ ਸਨ ਜੀ ਮੌਜੂ ਚੌਧਰੀ ਦਾ ਪੁੱਤਰ ਹੈ, ਪਿਛਲੱਗ ਹਜ਼ਾਰੇ ਦੀਆਂ ਟੋਲੀਆਂ ਦਾ। ਪਰ ਇਹ ਅਸਲ ਦੇ ਵਿੱਚ ਜਿਹੜੇ ਹਜ਼ਾਰੇ ਦੇ ਢੋਲ ਵਜਾਉਣ ਵਾਲੇ ਨੇ ਨਾ, ਉਹਨਾਂ ਦੀ ਜਿਹੜੀ ਬੀਵੀ ਹੈ ਉਹਦਾ ਪਿਛਲੇ ਖਾਵਨ ਦਾ ਮੁੰਡਾ ਜਿਹੜਾ ਉਹ ਪਿਛਲੱਗ ਹੁੰਦਾ। ਇਹ ਪਤਾ ਨਾ ਤੁਹਾਨੂੰ ਪਿਛਲੱਗ ਕੀ ਹੁੰਦਾ? ਜੇ ਤੁਸੀਂ ਜੇ ਔਰਤ ਜਿਹੜੀ ਹੈ ਉਹ ਦੁਬਾਰਾ ਸ਼ਾਦੀ ਕਰ ਲਵੇ ਤੇ ਉਹਦੀ ਜਿਹੜੀ ਪਹਿਲੇ ਔਰਤ ਪਹਿਲੇ ਖਾਵਨ ਚੋਂ ਜਿਹੜੇ ਬੱਚੇ ਹੁੰਦੇ ਨੇ ਉਹ ਪਿਛਲੱਗ ਹੁੰਦੇ ਨੇ। ਤੇ ਇੱਥੇ ਉਹਨੂੰ ਉਹਨੂੰ ਕੀ ਕਹਿੰਦੇ ਨੇ ਉਹਨੂੰ ਬਦਨਾਮ ਕਰਨ ਲਈ ਕਹਿ ਰਹੇ ਨੇ ਕਿ ਮੌਜੂ ਚੌਕ ਕਹਿੰਦੇ ਤੇ ਮੌਜੂ ਚੌਕ ਦਾ ਪੁੱਤਰ ਹੈ, ਪਰ ਇਹ ਤੇ ਹਜ਼ਾਰੇ ਦੇ ਟੋਲੀਆਂ ਦਾ ਵੀ ਪੁੱਤਰ ਨਹੀਂ ਹੈ, ਉਹਨਾਂ ਦਾ ਵੀ ਪਿਛਲੱਗ ਹੈ। ਇਹ ਮਤਲਬ ਹੱਕ ਕਰੀ ਜੋ ਉਮਰ ਖਿਤਾਬ ਕੀਤਾ, ਹੱਥ ਵੱਢਣਾ ਝੂਟਿਆਂ ਰੌਲੀਆਂ ਰੌਲੀਆਂ ਦਾ। ਇਹ ਤੁਹਾਨੂੰ ਦੱਸਿਆ ਸੀ ਉਮਰ ਖਿਤਾਬ ਦਾ ਖਿਤਾਬ ਕੀ ਹੈ, ਉਹਦਾ ਨਿਆਂ ਕੀ ਹੈ ਕਿ ਉਹਨੇ ਆਪਣੇ ਪੁੱਤਰ ਨੂੰ ਵੀ ਡੈਥ ਪਨਿਸ਼ਮੈਂਟ ਦਿੱਤੀ ਸੀ। ਨੌਸ਼ੇਰਵਾਂ ਗਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੋਲੀਆਂ ਦਾ। ਇਹ ਹੁਣ ਦੋ ਕਹਾਣੀਆਂ ਵੱਲ ਇਸ਼ਾਰਾ ਇਹਦੇ ਵਿੱਚ ਹੈਗਾ ਇਸ ਲਾਈਨ ਦੇ ਵਿੱਚ। ਇੱਕ ਤੇ ਇਹ ਹੈ ਕਿ ਜਿਹੜਾ ਨੌਸ਼ੇਰਵਾਂ ਹੈ ਉਹਦੇ ਬਾਰੇ ਚ ਮਸ਼ਹੂਰ ਹੈ, ਇਰਾਨ ਦਾ ਬਾਦਸ਼ਾਹ ਸੀ, ਉਹਦੇ ਬਾਰੇ ਚ ਮਸ਼ਹੂਰ ਸੀ ਕਿ ਉਹਦੇ ਵਗੈਰਾ ਕੋਈ ਇਨਸਾਫ਼ ਨਹੀਂ ਕਰ ਸਕਦਾ। ਅਤੇ ਉਹ ਇਹ ਹੋਇਆ ਕਿ ਕੋਈ ਖੋਤਾ ਉਹਦੀ ਜਿਹੜੀ ਦੂਜਾ ਦਰਬਾਰ ਜਿਹੜਾ ਸੀ, ਜਿਹੜਾ ਵੀ ਇਨਸਾਫ ਲੈਣ ਆਉਂਦਾ ਸੀ ਉਹ ਰੱਸੀ ਖਿੱਚਦਾ ਸੀ ਅਤੇ ਉਹਦੀ ਘੈਂਟੀ ਵੱਜਦੀ ਸੀ ਅਤੇ ਟੱਲੀ ਵੱਜਦੀ ਸੀ ਅਤੇ ਨੌਸ਼ੇਰਵਾਂ ਜਿਹੜਾ ਹੈ ਉਹਨੂੰ ਸੱਦ ਕੇ ਅਤੇ ਇਨਸਾਫ਼ ਦਿੰਦਾ ਸੀ। ਅਤੇ ਹੋਇਆ ਇਹ ਕਿ ਇੱਕ ਦਿਨ ਇੱਕ ਕਿਸੇ ਦਾ ਖੋਤਾ ਸੀ, ਉਹ ਉੱਥੋਂ ਲੰਘ ਰਿਹਾ ਸੀ ਅਤੇ ਉਹਨੇ ਉਹ ਰੱਸੀ ਜਿਹੜੀ ਹੈ ਉਹਨੂੰ ਉਹਨੇ ਮੂੰਹ 'ਚ ਪਾ ਕੇ ਖਿੱਚਿਆ ਜਾਂ ਉਹਦੇ ਨਾਲ ਘਸੀਟਿਆ ਅਤੇ ਉਹ ਟੱਲੀ ਵੱਜ ਗਈ ਅਤੇ ਨੌਸ਼ੇਰਵਾਂ ਨੇ ਉਸ ਖੋਤੇ ਦੇ ਮਾਲਕ ਨੂੰ ਸੱਦ ਲਿਆ ਅਤੇ ਉਸ ਖੋਤੇ ਦੇ ਮਾਲਕ ਨੂੰ ਕਿਹਾ ਕਿ ਇਸ ਖੋਤੇ ਨੂੰ ਕੋਈ ਤਕਲੀਫ਼ ਹੈ ਜਿਹਦੀ ਵਜ੍ਹਾ ਤੋਂ ਇਹ ਆਇਆ ਮੇਰੇ ਕੋਲ, ਅਤੇ ਉਹਨੂੰ ਖੋਤੇ ਦੇ ਮਾਲਕ ਨੂੰ ਜੁਰਮਾਨਾ ਕੀਤਾ। ਇਹ ਹੈ ਨੌਸ਼ੇਰਵਾਂ ਦਾ ਅਦਲ। ਅੱਛਾ, ਦੂਜੀ ਕਹਾਣੀ ਹੈ ਕੰਜਰੀ ਦੀ, ਕੰਜਰੀ ਅਦਲ ਤੰਬੋਲੀਆਂ ਦਾ। ਉਹ ਤੰਬੋਲੀ ਜਿਹੜਾ ਸੀ ਉਹ ਇੱਕ ਬੰਦਾ ਸੀ ਅਤੇ ਉਹਨੇ ਕਿਸੇ ਕੋਲ ਆਪਣੇ ਜ਼ੇਵਰ ਜਿਹੜੇ ਨੇ ਉਹ ਅਮਾਨਤ ਦੇ ਤੌਰ 'ਤੇ ਰੱਖੇ ਅਤੇ ਜਦੋਂ ਉਹ ਕੁਝ ਸਾਲਾਂ ਬਾਅਦ ਵਾਪਸ ਲੈਣ ਗਿਆ ਤਾਂ ਉਹਨੇ ਜਿਹੜਾ ਜਿਹਦੇ ਕੋਲ ਰੱਖੇ ਸਨ ਉਹਨੇ ਕਿਹਾ ਤੇਰਾ ਡੱਬਾ ਹੈ, ਇਹ ਪੂੰਜੀ ਲੈ ਅਤੇ ਤੂੰ ਖੋਲ੍ਹ ਲੈ, ਤੇਰੇ ਕੋਲ ਪੂੰਜੀ ਹੈ, ਮੇਰੇ ਕੋਲ ਤਾਂ ਚਾਬੀ ਨਹੀਂ ਹੈਗੀ, ਚਾਬੀ ਤੇਰੇ ਕੋਲ ਹੈ, ਤੂੰ ਡੱਬੇ ਨੂੰ ਖੋਲ੍ਹ ਅਤੇ ਤੂੰ ਆਪਣੇ ਲੈ ਜਾ। ਉਹਨੇ ਖੋਲ੍ਹਿਆ ਅਤੇ ਉਹ ਡੱਬਾ ਖਾਲੀ ਸੀ। ਮਤਲਬ ਇਹ ਹੈ ਕਿ ਉਹ ਜਿਹੜਾ ਅਮਾਨਤਦਾਰ ਸੀ ਉਹ ਜ਼ੇਵਰ ਜਿਹੜੇ ਨੇ ਉਹ ਕੱਢ ਚੁੱਕਿਆ ਸੀ ਵਿੱਚੋਂ, ਚੋਰੀ ਕਰ ਚੁੱਕਿਆ ਸੀ। ਅੱਛਾ, ਉਹ ਵਿਚਾਰਾ ਰੋਂਦਾ ਫਿਰਦਾ ਸੀਗਾ ਅਤੇ ਉਹ ਇੱਕ ਕੰਜਰੀ ਨੂੰ ਪਤਾ ਲੱਗਾ, ਇੱਕ ਕੰਜਰੀ ਨੂੰ ਪਤਾ ਲੱਗਾ ਅਤੇ ਉਹਨੇ ਕਿਹਾ ਕਿ ਤੈਨੂੰ ਮੈਂ ਇਨਸਾਫ਼ ਦਵਾਂਗੀ, ਤੂੰ ਫਿਕਰ ਨਾ ਕਰ। ਕੰਜਰੀ ਨੇ ਉਸ ਅਮਾਨਤਦਾਰ ਨੂੰ ਸੁਨੇਹਾ ਘੱਲਿਆ ਕਿ ਮੈਂ ਸ਼ਹਿਰੋਂ ਬਾਹਰ ਜਾ ਰਹੀ ਹਾਂ ਅਤੇ ਪਤਾ ਨਹੀਂ ਕਿੰਨੇ ਕਰੋੜ ਦਾ ਅਤੇ ਕਿੰਨੇ ਲੱਖ ਦਾ ਅਮਾਨਤ ਹੈ ਮੇਰੀ ਅਤੇ ਉਹ ਮੈਂ ਤੇਰੇ ਕੋਲ ਰਖਵਾਉਣੀ ਹੈ ਅਤੇ
जे तू राजी हो जावे ते। उन्हें क्या हाँ ठीक है। उन्हें उन्हें जरा कंबोली सी उन्हें कहा तू ही उसे आ जाइ मैं उसे आवांगी। कंबोली भी उसे पहुंच गया कंजरी भी आ गई। वो जदों मानंदार ने देखिया कि एक कंजरी ने ते जड़े जड़ा मार रखना वो बहुत बड़ा है इस तंबोली नालों ते जे तंबोली ने मैनू झूठा कर दिता कि मैं मानत जड़ी है वो सही नहीं सामदा कि कंजरी मेरे को नहीं रखेगी ते ओ तंबोली ने क्या आके ਉਹਨੂੰ ਤੰਬੋਲੀ ਨੂੰ ਕਿਹਾ ਕਿ ਹਾਂ ਹਾਂ ਉਹ ਮੈਨੂੰ ਭੁੱਲ ਗਿਆ ਸੀਗਾ ਤੈਨੂੰ ਗਲਤ ਡੱਬਾ ਦੇ ਦਿੱਤਾ ਸੀ ਅਸਲੀ ਡੱਬਾ ਹੈ ਜਿਹਦੇ 'ਚ ਤੇਰੇ ਜ਼ੇਵਰ ਨੇ ਅਤੇ ਉਹ ਬੰਦੇ ਨੂੰ ਜ਼ੇਵਰ ਵਾਪਸ ਮਿਲ ਗਏ ਅਤੇ ਕੰਜਰੀ ਨੇ ਆਪਣਾ ਬੰਦਾ ਭੇਜਿਆ ਉਸ ਇਮਾਨਤਦਾਰ ਕੋਲ ਉਹਨੂੰ ਕਹੋ ਕਿ ਹੁਣ ਮੈਂ ਸ਼ਹਿਰ ਨਹੀਂ ਜਾ ਰਹੀ ਸ਼ਹਿਰੋਂ ਬਾਹਰ ਨਹੀਂ ਜਾ ਰਹੀ ਤਾਂ ਠੀਕ ਹੈ ਇਹ ਦੂਜੀ ਕਹਾਣੀ ਜਿਹੜੇ ਜਿਹਦੇ ਜਿਹਦਾ ਇਸ ਵਿੱਚ ਇਸ਼ਾਰਾ ਹੋਇਆ ਠੀਕ ਹੈ ਜੀ नाज खपरी ठगी दे बाप सारे इहदा जिहड़ा नाज जिहड़ी बजाउंदा है ते खपरी जिहड़ी बोगियां वाली है इह सारे ठगी दे बाप ने। बाप दा मतलब दरवाजा भी हुंदा है बाप दा मतलब चैप्टर भी हुंदा है। चेता करी ज्ञान जे जोड़ियां दा जोड़े दा मतलब दा भुलेखा डिसेप्शन मंत्र मार के खंभ दा करे कुकड़ ए बुजाहर यानी अपेरेंटली मंत्र नाल किसे एक खंभ नू खंभ तो तुहानू पता है ना की हुंदा है अपना जेड़ा वो बर्ड दा फिजर हुंदा है फिजर जेड़ा है फैदर जेड़ा है उहनू मंत्र मार के ते उहदे तो कुकड़ बना दिंदा है। ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ ਨਮੋਲੀ ਹੁੰਦੀ ਹੈ ਨਿੰਮ ਜਿਹੜੀ ਹੈ ਨਾ ਨਿੰਮ ਦੀ ਜਿਹੜਾ ਫਲ ਹੁੰਦਾ ਉਹਨੂੰ ਨਮੋਲੀ ਕਹਿੰਦੇ ਨੇ ਉਹ ਛੋਟੇ ਜਿਹਾ ਹੁੰਦਾ ਹੈ ਤੇ ਇਹ ਨਮੋਲੀ ਜਿਹੜੀ ਹੈ ਜਿਹੜਾ ਨਿੰਮ ਦਾ ਫਲ ਹੁੰਦਾ ਉਹ ਬਹੁਤ ਕੌੜਾ ਹੁੰਦਾ ਨਿੰਮ ਦੀ ਜਿਹੜੀ ਕੜਵਾਹਟ ਹੈ ਉਹ ਮਿਸਾਲ ਹੈ ਇੰਨਾ ਕੌੜਾ ਜਿੰਨਾ ਨਿੰਮ ਜਿੰਨਾ ਕੌੜਾ ਹੈ ਤੇ ਉਹ ਇਹ ਜਿਹੜਾ ਹੈ ਇਹ ਨਿੰਮ ਦੀਆਂ ਜਿਹੜੀ ਨਮੋਲੀਆਂ ਨੇ ਉਹਨਾਂ ਨੂੰ ਬੇਰ ਬਣਾਉਣ ਦੀ ਦਾਵਾ ਕਰਦਾ ਹੈ। ਕੰਘੀ ਲੋਹੇ ਦੀ ਤਾ ਕੇ ਪਟੇ ਵਾਹੇ ਦੇਖੋ ਜੀ ਵਾਰਿਸ ਸ਼ਾਹ ਦੇ ਵੇਲੇ ਵੀ ਇਹ ਤਕਨੀਕ ਮੌਜੂਦ ਸੀ ਕਿ ਲੋਹੇ ਦੀ ਕੰਘੀ ਨੂੰ ਤੁਸੀਂ ਗਰਮ ਕਰਕੇ ਤੇ ਤੁਸੀਂ ਆਪਣੇ ਵਾਲਾਂ ਦੇ ਛੱਲੇ ਬਣਾ ਸਕਦੇ अपने वाल जिहड़े ने छल्लेदार बनाउण लई लोहे दी कंघी नूं अपना गर्म करदा है। सरदार है वड्डे कंबोलियां दा अंब बी तंदूर विच करे हरिया बनिया बने मक्कियों बाल का औलियां दा ये अंब दा दरख जिहड़ा उहनूं तंदूर विच हरा करदा है मतलब इम्पोसिबल चीज़ां दे दावे आए दे ते ए मक्कियों के कहिंदा मैं मक्कियों आया ते औलियां दा बनदा है। वारिस शाह सब ऐब दा रब महरम महरम दा मतलब जानण वाला वारिस शाह सारिया रब जिहड़ा ओह सब ऐबां नूं जानदा है। ਐਵੇਂ ਸਾਂਗ ਹੈ ਪਗੜੀਆਂ ਪੋਲਿਆਂ ਦਾ ਪਗੜੀਆਂ ਪੋਲਿਆਂ ਦਾ ਐਵੇਂ ਇਹ ਤੇ ਜਿਹੜਾ ਜਿਹੜੇ ਲੋਕੀ ਫੜੇ ਜਾਂਦੇ ਨੇ ਇਹ ਤੇ ਐਵੇਂ ਮਤਲਬ ਵਿੱਚੋਂ ਖਾਲੀ ਨੇ ਇਹਨਾਂ ਦਾ ਕੋਈ ਵਿਚਾਰ ਨਹੀਂ ਹੁੰਦਾ
इत सब रब ही करवा करता है ते इसलिए असल तो गल रब की है ये तो पगड़ियां पौलियां घट कपड़े नू फुला के सिर से बनना यानी पोली पगड़ी ये है कि जिनी वड्डी ज्यादा कपड़े की पग बनी होवे उन्ने वड्डे तुसी बंदे बन मने जांदे हो ते पोली पग वो है कि तुहाडे को कपड़ा थोड़ा है ते तुसी उन्हूं फुला के सिर ते बनिया है। लो जी ये हुण पंज हो गए ने, तीन पिछली वारी सन ते दो इस वारी सन ते तुसी पंज जाने हो ते तुसी इन्हूं वारो वारी पढ़ो। डॉक्टर साहब 600 तो पढ़ना है ना, 601 तो ये तुहानू मेरे तो बेहतर पता है। पर ये जड़ा अपना जहांगीर वाली स्टोरी दे विच भी टल्ली वाली सी ना कि वो जस्टिस भी आया करता सीगा। हाँ ओदी टल्ली, ओदी भी टल्ली मशहूर है। ओनू कहंदे ना अगले जहांगीर पता नहीं यार वो इन्नी अफीम खांदा सी, पता नहीं उन्हूं वेल भी अफीम तो होश भी आउंदी सी कि नहीं। बस मैं ही पूछना ही, मैं गया कि ये सच्चियां गल्लां होंदियां कि एवें फोकलोर च बनाईयां गल्लां होंदियां? ये फोकलोर बहुत ही होंदी है। आहो केड़ा जी केड़ा केड़ा नंबर सीगा आखरी? डॉक्टर साहब 600 तो शुरू कर लैंदे आ फिर। ये 601 तो नहीं, मेरा ख्याल 599 सी। चलो ठीक है 599 तो शुरू कर देंगे। रांझे आख्या सोहनी रण डिठी मगर लग मेरे आ घेरिया ने। रांझा कह रहा नठा खौफ तो ऐसन देस वाले पिछे कटक अजगैब दा छेड़िया ने। पंजा पीरा दी ए मजावरी मजावरानी एना किधरों साख सहेड़िया ने। सब राजियां एना नू तक दिता तेरे मुल्क विच आ के छेड़िया ने। वेखो विच दरबार दे झूठ बोलन ए वड्डा ही फेड़ना फेड़िया ने। मजरू सा गमा दे नाल भिरिया भरिया भरिया मेरा अलड़ा घा उचेड़िया ने। कोई रोज जहान ते वाव लैनी पला होया ना चा नबेड़िया ने। आप वारसी बने एस वोटड़ी दे मैनू मार के चा खुदेड़िया ने। राजा पुछदा करा मैं कतल सारे तेरी चीज नू राह जे छेड़िया ने। सच आख तू खुल के करा पुरजे कोई बुरा जे ऐस ने ऐस नाल फेड़िया ने। छड़ अरलियां जोग बजा नठे पर खूह नू अजे ना गेड़िया ने। वारशाह मैं गर्द ही रिया पौंदा सुरमे सुरमचू नहीं दबेड़िया ने। चलो जी अगला अगला पढ़ो, किन्ने पढ़ना? दीपा जी पढ़ो। अच्छा जी। राजे आख्या तुसा तकसीर कीती ए वड़ा फकीर रंजाणिया जे। कन नक कन वड़ाई के दिया सूड़ी एवें गई ए गल न जाणिया जे। रजे जट ना जान दे किसे ताई तुसी अपनी कदर पछाणिया जे। रन्ना खोर फकीरां दियां राह मारो तंबू गर्भ गुमान दा तानिया जे। राती चोर ते दिने उधालियां ते शैतान वांगू जग राणिया जे। काजी शरा दा तुसां नुक करे झूठा मौज सूलियां दा तुसी माणिया जे। ए नित हंकार न माल रहंदे कदे मौत तहकीक पछाणिया जे। वारिशाह सराय दी रात वांगू दुनिया खाब ख्याल कर जानिया जी। चलो जी अपना सुंदर जी तुसी। हां जी सर पढ़दा 601 सर। हां जी। जदो शरा ते आण के राजे रजू होया काजी आख्या करो बयान मियां। दियो खोल सुनाए के बात सारी करा उमर खिताब दा न्या मिया। खेड़े आख्या हीर सी साग चंगा कर चूचक सियाल दे जान मिया। अजू खेड़े दे पुत्तर नू खैर कीता होर ला के थके लोक तान मिया। जंज जोड़ के असा व्या लियांदी टके खर्च कीते खैर दान मिया।
लख आदमी दे टकी लक्ष्मी सी। लख ना ना लख आदमा दे हाँ लख आदमा दी ढुकी लक्ष्मी सी। लख आदमा दी टुकी लक्ष्मी सी हिंदू जान दे ते मुसलमान मियां दोद रसम कीती मुल्ला सद आंदा जिसनू हिफत सी फिक्का कुरान मियां मुल्ला शादा नाल वकील कीते जिवें लिखिया विच कुरान मियां असां लाइके दम व्या आंदी देस मुल्क रिया सबो जान मियां रावण वांग लै चलिया सीता ताई ए छोरा तेज जबान मियां वारिशाह नू रहे जे किवें साथे रब जुमाल दे रहे ईमान मियां नहीं साथे रब जुमल दा रहे ईमान मियां जुमल दा मतलब है तमाम सब दा। अच्छा ठीक है सर रब जुमल दा रहे ईमान मियां कलेक्टिव ठीक है सर। चलो जी अगे अमरजीत जी हाँ जी ये हैगा जी अपना सारा नु पढ़न दियो छोटा है ठीक है जी हाँ सारा पढ़ो। सर मैं एक्चुअली ऑफिस बैठी हूँ मैं सुन सकनी हूँ। अच्छा चलो ठीक है अमरजीत जी पढ़ो तुसी। तो जी ये हैगा राजा आखदा पुछो का ये छापा कित्थों दामने नाल चमोड़े आ जे रा जांदड़े किसे ना पौन चंबड़ ए पूतना कित्थों सहेड़े आ जे सारे मुल्क जो चगड़दा नाल फिरिया ते किसे हटकिया नाही होड़े आ जे वारस शाह कुसंबे दे भोग वांगू उदा अकरा रसा निचोड़े आ जे उकड़ा नशा उकड़ा नशा निचोड़े आ जे। अगला भी तुसी पढ़ो। अच्छा जी कित्थों आया आया काल विच भुख मरदा ए चाक सी मैर दियां खोलियां दा लोक करन विचार जवान बेटी ओनू फिकर शरीकां दियां बोलियां दा शैल नडड़ी वेख के मगर लगा हिलिया होया सियालां दियां गोलियां दा मही चार के मचिया दावियां ते होया वर सी साडियां डोलियां दा मौजू चौधरी दा पुत आखदे ने पिछ लग हजारे दियां तौलियां दा नहीं पिछ लग हजारे दे टोलियां दा। अच्छा पिछ लग हजारे दे टोलियां दा हक करी जो उमर खिताब कीता हथ वड़ना झूठियां रोलियां दा नौशीरवां गधे दा अदल कीता अते कंजरी अदल तबोलियां दा नाद खपरी ठगी दे बाब सारे चेता करी ध्यान जे झोलियां दा मंत्र मार के खंभ दा करे कुकड़ बेर निम दियां करे निमोलियां दा कंगी लोहे दी ताए के पटे वावे सरदार है वड़े कंबोलियां दा अंब बीज तंदूर विच करे हरिया बने मक्क्यों बालका औलियां दा वारस शाह सब ऐब दा रब मेरम एवें सांग है पगड़ियां पोलियां दा। चलो जी अगला बंद ए जेड़ा हैगा या कहंदा या अपना एक मिनट आ जेड़ा हैगा या बालक ए बालका जेड़ा कहंदा ए बालकनाथ नु कह रहे हैं नहीं नहीं बालके दा मतलब हुंदा शागिर्द मतलब ए औलियां दा बालका बनदा है ए स्पिरिचुअल लीडर जेड़े ने उन्हां दा ए शागिर्द अपने आप नूं कहिंदा है। बालके दा मतलब ही इह हुंदा है ए बाल तों बणिया ना बाल दा मतलब न्याणा हुंदा है ना बच्चा। अच्छा बालका हां जी नॉट बालक। एक सर मैं ओ पुछणा हैगा कि मैं दो वीक लाई नहीं सी तो ओ जड़ा सैती भज्जी सी उन्हां नूं तो भी परस्यू कीता इन्हां ने खेड़ियां ने उन्हां ते यार ओ तू बंद नहीं सी सुनिया उन्हां ते जंग करते ते सैला उन्हां नूं खेड़ियां नूं मार के नसाता। अच्छा अच्छा ये गए सी उत्थों। अच्छा अच्छा भज्ज गए इन्हां उत्थों हार गए ने ओ ते जड़े लोहे सन उन्हां ने ते जंग विच उन्हां नूं
ਉਹਨਾਂ ਨੂੰ ਬਿਲਕੁਲ ਫਤਿਹ ਕਰ ਲਿਆ ਤੇ ਉਹਨਾਂ ਨੂੰ ਸਹਾਇਤਾ ਉੱਤੋਂ ਸਹਿਜੀ ਨੂੰ ਲੈ ਕੇ ਚਲੇ ਗਏ। ਅੱਛਾ ਉਹ ਸਰ ਮੈਂ ਉਹ ਲਾਈਆਂ ਨੀ ਦੋ ਤੁਸੀਂ ਸਾਰੀ ਲੜਾਈ ਮਿਸ ਕਰ ਗਏ ਪੂਰੀ ਦੀ ਪੂਰੀ ਉਹ ਲੜਾਈ ਝਗੜਾ ਜਿਹੜਾ ਹੋਇਆ ਨਾ ਪੋਸਟ ਵੀ ਨਹੀਂ ਕੀਤੀ ਉਹ ਵੀਡੀਓ ਐਕਚੁਅਲੀ ਉਹਦੇ ਚ ਗਰੁੱਪ ਚ ਨਹੀਂ ਨਹੀਂ ਕੀਤੀ ਹੈ ਮੈਂ ਛੱਡੀ ਕੋਈ ਨਹੀਂ ਹੈ ਇੱਕ ਇੱਕ ਵਿੱਚੋਂ ਹਾਂ ਇੱਕ ਨਹੀਂ ਸੀ ਵਿੱਚੋਂ ਆਈ ਇੱਕ ਰਿਕਾਰਡਿੰਗ ਨਹੀਂ ਸੀ ਹੋਈ ਡਾਕਟਰ ਸਾਹਿਬ ਹਾਂ ਇਹ ਹੱਕ ਕਰੀ ਜੋ ਉਮਰ ਖਤਾਬ ਕੀਤਾ ਹੱਥ ਵੱਢਣਾ ਝੂਟਿਆਂ ਰੋਲੀਆਂ ਦਾ ਰੋਲੀ ਦਾ ਕੀ ਮਤਲਬ ਹੈ ਉਹ ਜਿਹੜੇ ਰੋਲੀ ਉਹ ਹੁੰਦਾ ਹੈ ਜਿਹੜਾ ਖੇਡ ਦੇ ਵਿੱਚ ਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਦਬ ਦਰੇੜਿਆਂ ਨੂੰ ਦਬ ਦਰੇੜੇ ਦਬਾ ਪਾ ਉਹ ਪਾ ਕੇ ਗੱਲ ਕਰਨੀ ਉਹਨੂੰ ਦਬ ਦਲੇੜਾ ਕਹਿੰਦੇ ਨੇ ਕਾਜ਼ੀ ਨੇ ਕਿਹਾ ਮੀਆਂ ਫਕੀਰ ਆ ਝੂਠ ਛੱਡ ਤੇ ਜਿਹੜੀਆਂ ਤੂੰ ਬੜੀਆਂ ਵੱਧ ਵੱਧ ਕੇ ਗੱਲਾਂ ਕਰ ਰਿਹਾ ਇਹਨਾਂ ਨੂੰ ਛੱਡ ਕੇ ਸੱਚੀ ਗੱਲ ਕਰ ਅਸਲ ਗੱਲ ਸੂ ਆਖ ਦਰਗਾਹ ਅੰਦਰ ਲਾ ਯਜ਼ਕਰ ਝਗੜਿਆਂ ਝੇੜਿਆਂ ਨੂੰ ਲਾ ਯਜ਼ਕਰ ਜਿਹਦਾ ਜ਼ਿਕਰ ਨਾ ਹੋਵੇ ਨਾ ਜ਼ਿਕਰ ਕੀਤੇ ਜਾਣ ਵਾਲਾ ਅਨਐਕਸਪਲੇਨੇਬਲ ਤੂੰ ਅਸਲ ਗੱਲ ਇੱਥੇ ਦੱਸ ਤੇ ਇਹ ਜਿਹੜੀ ਨਾ ਅਣਕਹੀਆਂ ਗੱਲਾਂ ਨੇ ਨਾ ਕਹਿਣ ਜੋਗੀਆਂ ਗੱਲਾਂ ਨੇ ਇਹ ਨਾ ਕਰ ਸਾਰੇ ਦੇਸ਼ ਵਿੱਚ ਠੱਠ ਹੋ ਸਣੇ ਨੱਢੀ ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ ਤੁਸੀਂ ਦੋਵੇਂ ਸਾਰੇ ਮੁਲਕ ਦੇ ਵਿੱਚ ਬਦਨਾਮੀ ਤੁਹਾਡੀ ਹੋਈ ਹੈ ਠੱਠ ਹੋਇਆ ਬਦਨਾਮੀ ਹੋਈ ਹੈ ਤੁਹਾਡੀ ਤੇ ਤੁਸੀਂ ਆਪਣੇ ਚੱਕਰਾਂ ਦੇ ਵਿੱਚ ਹੀ ਫੜੇ ਗਏ ਪਿੱਛੇ ਮੇਲ ਕੇ ਚੋਇਆ ਰਿੜਕਿਆ ਉਹ ਪਿੱਛੇ ਮੇਲ ਕੇ ਚੋੜਿਆ ਰਿੜਕਿਆ ਹੀ ਉਹ ਰਵਾ ਸੀ ਵਕਤ ਸਹੇੜਿਆਂ ਨੂੰ ਤੂੰ ਪਿੱਛੇ ਜਦੋਂ ਹੀਰ ਦੇ ਮਾਪਿਆਂ ਦੇ ਘਰ ਰਹਿੰਦਾ ਸਾਂ ਉੱਥੇ ਤੂੰ ਜੋ ਪਿੱਛੇ ਮੇਲ ਕੇ ਚੋਇਆ ਰਿੜਕਿਆ ਹੀ ਮਤਲਬ ਉੱਥੇ ਜੋ ਤੂੰ ਚੁੰਦਾ ਸਾਂ ਮੱਝਾਂ ਤੇ ਜੋ ਰਿੜਕਦਾ ਸਾਂ ਤੂੰ ਦੁੱਧ ਉਹਦੇ ਤੂੰ ਉਹ ਉਹ ਉਦੋਂ ਤਾਂ ਚੱਲਦਾ ਰਿਹਾ ਉਹ ਤੇਰਾ ਉਹ ਕੰਮ ਉਦੋਂ ਰਵਾ ਸੀ ਮਤਲਬ ਠੀਕ ਸੀ ਉਦੋਂ ਉਸ ਵੇਲੇ ਉਹਨਾਂ ਜੱਟਾਂ ਦੀ ਸ਼ਰਮ ਜੇ ਲਾ ਸੱਟੀ ਖਾਰ ਕੀਤਾ ਹੀ ਸਾਲਾਂ ਤੇ ਖੇੜਿਆਂ ਨੂੰ ਇਹ ਤਾਂ ਸਾਫ ਹੀ ਹੈ ਪਹਿਲਾਂ ਮੱਚਿਓ ਆਣ ਕੇ ਦਾਵਿਆਂ ਤੇ ਸਲਾਮ ਹੈ ਛੱਲ ਸਲਾਮ ਹੈ ਵੱਲ ਛੱਲਾਂ ਤੇਰਿਆਂ ਨੂੰ ਫਿਰ ਤੂੰ ਦਾਵਾ ਕਰ ਦਿੱਤਾ ਆ ਕੇ ਹੀਰ ਦਾ ਕੁੜੀ ਦਾ ਤੇ ਤੇਰੇ 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 ਫਰੇਬਾਂ ਨੂੰ ਸਲਾਮ ਹੈ ਸਾਡਾ ਆ ਆਬੂ ਭੁੰਦਿਆਂ ਝਾੜ ਕੇ ਚੱਬ ਚੁੱਕੋ ਆਬੂ ਹੁੰਦੇ ਨੇ ਜਿਹੜੀ ਕੱਚੀ ਕਣਕ ਦੇ ਦਾਣਿਆਂ ਨੂੰ ਭੁੰਨ ਕੇ ਖਾਧਾ ਜਾਂਦਾ ਉਹਨੂੰ ਆਬੂ ਕਹਿੰਦੇ ਨੇ ਤੁਸੀਂ ਕਦੀ ਖਾਧੇ ਨੇ ਕਿਸੇ ਨੇ ਅਸੀਂ ਵੀ ਖਾਂਦੇ ਹੁੰਦੇ ਸਾਂ ਹਰ ਹਰ ਸੀਜ਼ਨ ਦੇ ਵਿੱਚ ਜਦੋਂ ਕਣਕ ਜਿਹੜੀ ਹੈ ਨਾ ਅਜੇ ਉਹਦੇ ਪੂਰੇ ਦਾਣੇ ਪੱਕਦੇ ਨਹੀਂ ਸਨ ਪੱਕਣ ਦੇ ਕਰੀਬ ਹੁੰਦੇ ਸਨ ਤੇ ਉਹਨਾਂ ਨੂੰ ਭੁੰਨ ਕੇ ਖਾਧਾ ਜਾਂਦਾ ਸੀ ਉਹਨੂੰ ਆਬੂ ਕਹਿੰਦੇ ਸਨ ਆਬੂ ਭੁੰਨਦਿਆਂ ਝਾੜ ਕੇ ਚੱਬ ਚੁੱਕੋ ਰੋਟੜੀ ਦੇ ਇਹ ਖੇੜਿਆਂ ਨੂੰ ਆਓ ਵੇਖ ਲੋ ਸੁਣ ਗਿਣਨ ਵਾਲਿਓ ਇਹ ਸੁਣਨ ਤੇ ਗਿਣਨ ਵਾਲਿਓ ਯਾਨੀ ਵਾਚਰਸ ਤੁਸੀਂ ਇਹ ਸਾਰੇ ਵੇਖ ਲਵੋ ਇਹ ਮਲਾਹ ਜੇ ਡੋਬਦੇ ਵੇੜਿਆਂ ਨੂੰ ਇਹ ਉਹ ਮਲਾਹ ਹੈ ਬੋਟ ਨੂੰ ਜਿਹੜਾ ਜਿਹੜਾ ਕਿ ਆਪ ਬੋਟ ਨੂੰ ਡੋਬਦਾ ਹੈ ਦੁਨੀਆਦਾਰ ਨੂੰ ਔਰਤਾਂ ਜ਼ੋਦ ਫਿਕਰਾਂ ਦੁਨੀਆਦਾਰ ਨੂੰ ਔਰਤਾਂ ਜਿਹੜੀਆਂ ਦੁਨੀਆਦਾਰਾਂ ਨੂੰ ਚੰਗੀਆਂ ਲੱਗਦੀਆਂ ਨੇ ਤੇ ਜਿਹੜੇ ਫਕੀਰ ਨੇ ਉਹਨਾਂ ਨੂੰ ਜ਼ੋਦ
ਜਿਹਨੀ ਇਬਾਦਤ ਜ਼ਿਕਰ ਉਹਨਾਂ ਨੂੰ ਚੰਗਾ ਲੱਗਦਾ ਛੋੜ ਕਰ ਸੱਤ ਦਿਆਂ ਝੇੜਿਆਂ ਨੂੰ ਤੇ ਇਹ ਜਿਹੜੇ ਮਹਿਫਲ ਦੇ ਵਿੱਚ ਝਗੜੇ ਪਾਏ ਨੇ ਇਹਨਾਂ ਨੂੰ ਸੱਸ ਦਾ ਮਤਲਬ ਹੈ ਗੈਦਰਿੰਗ ਇਹਨਾਂ ਨੂੰ ਛੱਡ ਕਾਜ਼ੀ ਬਹੁਤ ਜਿਉਂਦਾ ਤਰਸ ਤੈਨੂੰ ਬੇਟੀ ਆਪਣੀ ਬਖਸ਼ ਦੇ ਖੇੜਿਆਂ ਨੂੰ ਇਹ ਹੁਣ ਪਤਾ ਨਹੀਂ ਹੀਰ ਕਹਿ ਰਹੀ ਹੈ ਜਾਂ ਰਾਂਝਾ ਕਹਿ ਰਿਹਾ ਤੇ ਜੇ ਤੈਨੂੰ ਖੇੜਿਆਂ ਤੇ ਬਹੁਤ ਰਹਿਮ ਆ ਰਿਹਾ ਤੇ ਆਪਣੀ ਧੀ ਦੇ ਦੇ ਉਹਨਾਂ ਨੂੰ ਨਿਤ ਮਾਲ ਪਰਾਏ ਜੋ ਛਾ ਚੋਰ ਖਾਂਦੇ ਇਹ ਦਸ ਮਸਲੇ ਰਾਤੀ ਭੇੜਿਆਂ ਨੂੰ ਹੁਣ ਇਹ ਕਾਜ਼ੀ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕਿ ਜਿਹੜੇ ਨਿਤ ਤੁਸੀਂ ਪਰਾਇਆ ਮਾਲ ਖਾਂਦੇ ਹੋ ਉਹਨਾਂ ਨੂੰ ਉਹਨਾਂ ਦੇ ਹੱਕ 'ਚ ਤੁਸੀਂ ਫੈਸਲੇ ਕਰਦੇ ਹੋ ਤੇ ਇਹ ਜਿਹੜੇ ਭੈੜੇ ਮਸਲੇ ਨੇ ਇਹ ਦੱਸ ਤੂੰ ਸਾਨੂੰ ਹੁਣ ਕਾਜ਼ੀ ਕਹਿੰਦਾ ਛੱਡ ਜਾ ਹਜ਼ਾਰ ਦੇ ਨਾਲ ਜੱਟੀ ਨਹੀਂ ਜਾਣ ਸੇ ਦੁਰਿਆਂ ਮੇਰਿਆਂ ਨੂੰ ਦੁਰੇ ਦਾ ਮਤਲਬ ਵਿਪ ਛੱਡਦਾ ਨਹੀਂ ਜੇ ਤੂੰ ਮੇਰੇ ਦੁਰਿਆਂ ਨੂੰ ਜਾਣਨਾ ਹੈ ਗਨੀ ਕੁੱਲ ਜਹਾਨ ਦੇ ਪਕੜੀਏਨਗੇ ਗਨੀ ਦਾ ਮਤਲਬ ਹੁੰਦਾ ਹੈ ਮਾਲਦਾਰ ਆਦਮੀ ਵਾਰਿਸ ਸ਼ਾਹ ਫਕੀਰ ਦੇ ਫੇੜਿਆਂ ਨੂੰ ਮਤਲਬ ਜੇ ਫਕੀਰ ਦੇ ਚੱਕਰ ਦੇ ਵਿੱਚ ਆ ਜਾਏ ਤੇ ਇਹ ਤੇ ਦੁਨੀਆਂ ਦੇ ਸਾਰੇ ਅਮੀਰ ਆਦਮੀ ਫੜੇ ਜਾਣਗੇ ਇਹ ਮਤਲਬ ਹੈ ਹਾਂਜੀ ਅਗਲਾ ਬੰਦ ਕਾਜ਼ੀ ਖੋਦ ਦਿੱਤੀ ਹੀਰ ਖੇੜਿਆਂ ਨੂੰ ਮਾਰੋ ਇਹ ਫਕੀਰ ਦਗੋਲਿਆ ਜੇ ਕਾਜ਼ੀ ਨੇ ਹੀਰ ਖੋਲ ਕੇ ਤੇ ਖੇੜਿਆਂ ਨੂੰ ਦੇ ਦਿੱਤੀ ਤੇ ਉਹਨੇ ਕਿਹਾ ਕਿ ਇਹ ਜਿਹੜਾ ਫਕੀਰ ਹੈ ਦਗੋਲੀਆ ਦਗੇਬਾਜ਼ ਹੈ ਵਿੱਚੋਂ ਚੋਰ ਤੇ ਯਾਰ ਹੈ ਲੁੱਚ ਲੁੰਡਾ ਵੇਖੋ ਬਾਹਰੋਂ ਬਲੀ ਤੇ ਔਲੀਆ ਜੇ ਇਹ ਤੇ ਸਾਫ ਹੀ ਹੈ ਵਿੱਚੋਂ ਤੇ ਚੋਰ ਤੇ ਯਾਰ ਹੈ ਲੁੱਚਾ ਹੈ ਦਗਾਦਾਰ ਤੇ ਦਾਗੜੂ ਕਲਾਕਾਰੀ ਦਗਾ ਦੇਣ ਵਾਲਾ ਹੈ ਝਗੜੇ ਕਰਨ ਵਾਲਾ ਹੈ ਕਲਾਕਾਰੀ ਮਤਲਬ ਚਲਾਕੀਆਂ ਚਲਾਉਣ ਵਾਲਾ ਬਣ ਫਿਰੇ ਮਸ਼ਾਇਖ ਮੋਲੀਆ ਜੇ ਤੇ ਉੱਤੋਂ ਇਹ ਮਸ਼ਾਇਖ ਬਣਿਆ ਮਤਲਬ ਸ਼ੇਖ ਬਣਿਆ ਸ਼ੇਖ ਦਾ ਮਤਲਬ ਸਪਿਰਚੁਅਲ ਆਦਮੀ ਜਦੋਂ ਦਗੇ ਤੇ ਆਵੇ ਤਾਂ ਸਫਾਂ ਗਾਲੇ ਅੱਖੀ ਨੀਟ ਬਹਿ ਜਾਪੇ ਰੌਲੀਆ ਜੇ ਜਦੋਂ ਇਹ ਦਗਾ ਕਰਨ 'ਤੇ ਆਉਂਦਾ ਹੈ ਧੋਖਾ ਕਰਨ 'ਤੇ ਆਉਂਦਾ ਹੈ ਤੇ ਸਫਾਂ ਗਾਲ ਦਿੰਦਾ ਸਫਾਂ ਦਾ ਮਤਲਬ ਫੌਜ ਦੀ ਪੂਰੀ ਜਿਹੜੀ ਬਟਾਲੀਅਨ ਹੈ ਉਹਨੂੰ ਤਬਾਹ ਕਰਵਾ ਦਿੰਦਾ ਤੇ ਐਵੇਂ ਝੂਠੀਆਂ ਅੱਖਾਂ ਮੀਟ ਕੇ ਤੇ ਇੰਤਜ਼ਾਰ ਕਰਦਾ ਜਿਵੇਂ ਇਹ ਬੜਾ ਕੋਈ ਔਲੀਆ ਹੋਵੇ ਅਗਲਾ ਮਾਨ ਜੀ ਹੀਰ ਖੋ ਖੇੜੇ ਚੱਲੇ ਵਾਹੋ ਵਾਹੀ ਰਾਂਝਾ ਰਿਹਾ ਮੂੰਹ ਕੱਜ ਹੈਰਾਨ ਯਾਰੋ ਇਹ ਤਾਂ ਠੀਕ ਹੈ ਵੈਸੇ ਗੁੰਜ ਲਿਖਿਆ ਮੇਰੇ ਕੋਲ ਕੀ ਰੰਜ ਰਿਹਾ ਮੂੰਹ ਗੁੰਜ ਹੈਰਾਨ ਯਾਰੋ ਸਾਡੇ ਕੋਲ ਵੀ ਸਾਡੇ ਕੋਲ ਇਹੀ ਹੈ ਸਰ ਠੀਕ ਕਰ ਲਈ ਅਸੀਂ ਇਹ ਆਪਣਾ ਚਾਹੀਦਾ ਕੁੰਜ ਦਾ ਮਤਲਬ ਨਾ ਟੱਕੜਾ ਚਲੋ ਕੁੰਜ ਹੈਗਾ ਗੁੰਜ ਨਹੀਂ ਹੈਗਾ ਡਾਕਟਰ ਸਾਹਿਬ ਠੀਕ ਹੈ ਹਾਂ ਠੀਕ ਉੱਡ ਜਾਏ ਕਿ ਨਿਗਰੇ ਗਰਕ ਹੋਵੇ ਹੁਣ ਉਹਦੀ ਹਾਲਤ ਇਹ ਹੈ ਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਇੱਥੋਂ ਉੱਡ ਜਾਵੇ ਜਾਂ ਜ਼ਮੀਨ ਵਿੱਚ ਗਰਕ ਹੋ ਜਾਵੇ ਗਰਕ ਹੋਣ ਨਾਲ ਦੱਬ ਜਾਵੇ ਵੇਲ ਵੇ ਵੇਲ ਦੇਸ ਨਾ ਜ਼ਮੀਨ ਅਸਮਾਨ ਯਾਰੋ ਵੇਲ ਮਤਲਬ ਉਹਨੂੰ ਜ਼ਮੀਨ ਅਸਮਾਨ ਦੇ ਵਿੱਚ ਵੇਲ ਨਹੀਂ ਥਾਂ ਨਹੀਂ ਮਿਲਦੀ ਜਿੱਥੇ ਉਹ ਆਪਣੇ ਆਪ ਨੂੰ ਲੁਕਾ ਸਕੇ ਜਾਂ ਗਰਕ ਹੋ ਸਕੇ ਖੇਪ ਮਾਰੀਏ ਖੱਤਰੀ ਸੜੇ ਬੋਲ ਜਿਹੜਾ ਖੱਤਰੀ ਹੈ ਉਹਨੇ ਖੇਪ ਜਿਹੜੀ ਹੈ ਉਹ ਮਾਰੀ ਹੈ ਖੇਪ ਦਾ ਮਤਲਬ ਆਪਣਾ
एक बारी लिया होया समान नूं खेप कहिंदे ने, जिहड़ी एक बारी जिहड़ा समान लिजाया जांदा एक खेप आ गई है जी खेप आ गई है इंज किया जांदा तुसीं सुणे होणा है। खेप मारीए खत्ते सड़े गोल बैकग्राउंड इंज समझो जिहड़ा खत्री है उन्हें दिता है अपना कर्ज अपना किसान नूं ते जदों उहदा बोल तैयार होया ते ओ जिहड़ी पहली खेप सी ओ खत्री ने उहदे ते कब्जा कर लिया। तो बोल कहिंदे ने उस ढेर नूं दाणिआं दा जिहड़ा फसल दी कट्टण दे उत्ते कट्ठा लाया जांदा उहनूं बोल कहिंदे ने। आईए खत्री सड़े बोल हके अमलियां दे रोड़ रुड़ जान यार हके अमलियां दे रुड़ जान यार ते जड़े नशियां दे हुके ने रुड़ जान डोरा वेख के मीर शिकार रोवण नहीं हां डोरा वेख के मीर शिकार रोवण हथों जिन्हां द्यों बाज उड़ जान यारो। मतलब जेड़े मीर शिकार करने वाले जेड़े बड़े बंदे ने उन्होंने हथों जदों उहदी डोर बाज दी जिहदे नाल उन्हां शिकार करना सी वह निकल जाती खुस जाती है तो वह उन्होंने फिर कुछ समझ नहीं आती कि वह की कर उन्हां होश ते अकल ना थां हुंदा श्री जिन्हां दे पौण वदान यारो। वदान जिहड़ा लोहार दा सब तो वड्डा हथौड़ा हुंदा उहनूं वदान कहिंदे ने उह बहुत वड्डा हुंदा। खीर ला के कुंड हैरान होई सती चिखा दे विच मैदान यारो सती चिखा चिखा दा मतलब अग निग्गा दीदड़ा वांग महास्ती दे मल खड़ी सी इश्क मैदान यारो निगा तिखा नो सॉरी सिखा तिखा 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 दीदड़ा तिखा दीदड़ा वांग महास्ती तिखा दीदड़ा वांग महास्ती दे महासी सब तो वड्डी सती होने वाली जनानी महासती तिखा दीदड़ा वां महास्ती दे मल खड़ी सी इश्क मैदान यार इश्क दे मैदान चो खड़ी सी बिच ओढ़नी सहम दे नाल छुपी जिमें बिच कुरबान कमान यार वो अपनी ओढ़नी दे विच अपने दुपट्टे दे विच सहम के इवें लुकी है जिमें जिमें जिहड़ी तलवार है उहनूं उहदी जिहड़ी उहदा हुंदी आ खोखा उहदे विच पा दित्ता जाए। चप चुप छल हो बोलणो रही जट्टी बिना रूह दे जिवें इंसान यार इही जिहड़ी आ इहदी चुप कीती है जिवें ਜਿਵੇਂ ਬੰਦੇ ਚ ਰੂਹ ਨਿਕਲ ਜਾਂਦੀ ਹੁੰਦੀ ਆ। ਸਰ ਇੱਕ ਲਾਈਨ ਹੈਗੀ ਖੁੰਡੇ ਅਤੇ ਚੌਗਾਨ ਲੈ ਦੇ ਸਨੱਠਾ ਵੇਖਾਂ ਕਿਹੜੇ ਫੁੰਡ ਲੈ ਜਾਣ ਇਹ ਲਾਈਨ ਨਹੀਂ ਹੈਗੀ ਇਹ ਨਹੀਂ ਹੈਗੀ ਲਾਈਨ ਇਹਨੂੰ ਛੱਡ ਕੱਢ ਦਿਓ। ਬਾਦਸ਼ਾਹ ਦੋਵੇਂ ਪਰੇਸ਼ਾਨ ਹੋਏ ਜਿਵੇਂ ਪੜਿਆ ਲਾਹੌਲ ਸ਼ੈਤਾਨ ਯਾਰੋ ਹੀਰ ਤਰ੍ਹਾਂ ਦੇ ਦੋਵੇਂ ਪਰੇਸ਼ਾਨ ਨੇ ਰਾਂਝਾ ਆਖਦਾ ਜਾ ਕੀ ਦੇਖਦੀ ਹੈ ਬੁਰਾ ਮੌਤ ਹੀ ਇਹ ਵਿਜੋਗ ਹੈ ਨੀ ਵਿਜੋਗ ਦਾ ਮਤਲਬ ਵਿਛੋੜਾ ਪੈ ਧਾੜਵੀ ਲੁੱਟ ਕੇ ਲੈ ਚੱਲੇ ਧਾੜਵੀ ਡਾਕੂ ਪਏ ਨੇ ਤੇ ਲੁੱਟ ਕੇ ਲੈ ਚੱਲੇ ਨੇ ਤੈਨੂੰ ਮੈਨੂੰ ਲੈ ਚੱਲੇ ਮੈਨੂੰ ਇਹ ਦੁੱਖ ਕੀ ਜਾਣ ਦਾ ਲੋਕ ਹੈ ਨੀ ਮੈਨੂੰ ਮੇਰੇ ਦੁੱਖਾਂ ਨੂੰ ਲੋਕਾਂ ਨੂੰ ਕੀ ਪਤਾ ਮੈਨੂੰ ਕਿਹੜਾ ਕਿੰਨਾ ਦੁੱਖ ਹੈ ਮਿਲੀ ਸੈਦੇ ਨੂੰ ਹੀਰ ਤੇ ਸੁਆਹ ਮੈਨੂੰ
ਹੀਰ ਨੂੰ ਸਹਿਜੇ ਨੂੰ ਹੀਰ ਮਿਲ ਗਈ ਹੈ ਤੇ ਮੈਨੂੰ ਸਵਾਹ ਮਿਲੀ ਹੈ। ਤੇਰਾ ਨਾਮ ਤੇ ਅਸਾਂ ਨੂੰ ਟੋਕ ਹੈ ਨਹੀਂ, ਤੇਰਾ ਨਾਂ ਲੈ ਕੇ ਲੋਕੀ ਮੈਨੂੰ ਮੈਨੂੰ ਟੋਕਾਂ ਲਾਉਂਦੇ ਨੇ, ਤਾਨੇ ਮਾਰਦੇ ਨੇ। ਨਿਕਲ ਲੇਖ ਦੀ ਜੱਫੀਆਂ ਬੁੱਕੜ ਲੇਖ ਦੀ ਜੱਫੀਆਂ ਵਹੁਟੀਆਂ ਦੀਆਂ, ਇਹ ਰੁੱਤ ਸਿਆਲ ਦਾ ਭੋਗ ਹੈ ਨਹੀਂ। ਇਹ ਹੁਣ ਵਾਰਿਸ ਸ਼ਾਹ ਸਾਹਿਬ ਆਪਣੇ ਕੋਲੋਂ ਕਹਿ ਰਹੇ ਨੇ, ਬੁੱਕੜ ਲੇਖ ਦੀ ਲੜਾਈ ਦੀ ਬੁੱਕੜ ਮਾਰ ਕੇ ਜੱਫੀਆਂ ਵਹੁਟੀਆਂ ਦੀਆਂ, ਵਹੁਟੀਆਂ ਨੇ ਜੱਫੀਆਂ ਪਾ ਕੇ ਸੋਣਾ, ਇਹ ਸਿਆਲ ਦਾ ਨਸ਼ਾ ਮਜ਼ਾ ਇਹ ਹੈ। ਸੌਂਕਣ ਰਨ ਰਨ ਸੌਂਕਣ ਰਨ ਗਵਾਂਢ ਕਪੱਤਿਆਂ ਦਾ, ਭਲੇ ਮਰਦ ਦੇ ਬਾਪ ਦਾ ਰੋਗ ਹੈ ਨਹੀਂ। ਕਿਸੇ ਬੰਦੇ ਜਿਹੜੀ ਕਿਸੇ ਔਰਤ ਨੂੰ ਉਹਦੀ ਸੌਂਕਣ ਕੋਈ ਲੈ ਹੋਏ, ਜਾਂ ਕਿਸੇ ਦੇ ਗੁਆਂਢੀ ਜਿਹੜੇ ਨੇ ਕੁਪੱਤੇ ਲੋਕ ਹੋਣ, ਝਗੜੇ ਕਰਨ ਵਾਲੇ ਹੋਣ, ਤੇ ਇਹ ਕਿਸੇ ਵੀ ਮਰਦ ਦਾ ਬਹੁਤ ਵੱਡਾ, ਉਹਨੂੰ ਇਹ ਇੰਝ ਜਿਵੇਂ ਉਹਨੂੰ ਕੋਈ ਰੋਗ ਲੱਗ ਗਿਆ ਹੋਵੇ। ਖੁਸ਼ੀ ਕਿੱਤ ਹੋਵਣ ਮਰਦ ਫੁੱਲ ਵਾਂਗੂ ਗਰੀ, ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨਹੀਂ। ਉਹ ਬੰਦੇ ਕਿਵੇਂ ਖੁਸ਼ ਰਹਿ ਸਕਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਮਾਹੌਲ ਐਟਮੋਸਫੀਅਰ ਹਮੇਸ਼ਾ ਹੀ ਸੋਗ ਦਾ ਹੋਵੇ, ਜਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਗੱਲ ਜਿਨ੍ਹਾਂ ਦੇ ਰੇਸ਼ਤਾ ਯੋਗ ਹੈ, ਉਹਨਾਂ ਨੇ ਜਹਾਨ 'ਤੇ ਕੀ ਮਜ਼ਾ ਪਾਉਣਾ, ਜਿਨ੍ਹਾਂ ਨੇ ਜਿਨ੍ਹਾਂ ਦੇ ਆਪਣਾ ਜਿਨ੍ਹਾਂ ਨੇ ਆਪਣਾ ਰੇਸ਼ਤਾ ਦਾ ਮਤਲਬ ਧਾਗਾ, ਜਿਨ੍ਹਾਂ ਨੇ ਯੋਗ ਦਾ ਧਾਗਾ ਪਾ ਲਿਆ ਆਪਣੇ ਗਲ ਵਿੱਚ, ਉਹਨਾਂ ਨੇ ਦੁਨੀਆਂ ਦਾ ਮਜ਼ਾ ਕੀ ਲੈਣਾ। ਜਿਹੜਾ ਬਿਨਾਂ ਖੁਰਾਕ ਦੇ ਕਰੇ ਕੁਸ਼ਤੀ, ਉਸ ਮਰਦ ਨੂੰ ਜਾਣੀਏ ਫੋਗ ਹੈ ਨਹੀਂ। ਫੋਗ ਪਹਿਲੇ ਆ ਚੁੱਕਿਆ ਲਫ਼ਜ਼, ਅਤੇ ਜਿਹੜਾ ਬਿਨਾਂ ਖੁਰਾਕ ਦੇ, ਜਿਹੜਾ ਖੁਰਾਕ ਖਾਧੇ ਬਗੈਰ ਕੁਸ਼ਤੀਆਂ ਲੜਦਾ ਹੈ, ਉਹ ਫੋਗਾ ਫੋਕਾ ਹੁੰਦਾ ਹੈ। ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਮੀਨ 'ਤੇ ਚੋਗ ਹੈ ਨਹੀਂ, ਜਿਨ੍ਹਾਂ ਦਾ ਜ਼ਮੀਨ ਦੇ ਉੱਤੇ ਚੋਗਾ ਅਜੇ ਹੈਗਾ ਖਾਣ ਨੂੰ, ਉਹਨਾਂ ਉੱਤੇ ਅਸਮਾਨ ਵੀ ਡਿੱਗ ਪਵੇ ਤਾਂ ਤਾਂ ਵੀ ਨਹੀਂ ਮਰਦੇ। ਜਦੋਂ ਕਦੋਂ ਮਹਬੂਬ ਨਾ ਛੱਡਣਾ ਹੈ, ਕਾਲਾ ਨਾ ਖੁਦਾ ਦਾ ਯੋਗ ਹੈ ਨਹੀਂ। ਮਹਬੂਬ ਨੂੰ ਨਹੀਂ ਛੱਡਣਾ, ਜਿਹੜਾ ਯੋਗ ਹੈ ਇਹ ਖੁਦਾ ਦਾ ਕਾਲਾ ਨਾਗ ਹੈ, ਯਾਨੀ ਜਿਹੜਾ ਲੰਗ ਮਾਰੇਗਾ। ਕੂੰਜ ਕੌਸ ਨੂੰ ਮਿਲੇ ਤੇ ਛੇਰ ਫੋਈ, ਨਹੀਂ ਕੂੰਜ ਕੌਂ ਨੂੰ ਮਿਲੇ। ਇਹ ਕੀ ਗੱਲ ਹੋਈ ਕਿ ਕੂੰਜ ਜਿਹੜੀ ਹੈ ਉਹ ਬਾਜ਼ ਦੀ ਬਜਾਏ ਕਾਂ ਨੂੰ ਦੇ ਦਿੱਤੀ ਜਾਏ, ਤੇ ਕੂੰਜ ਕੌਂ ਨੂੰ ਮਿਲੇ ਤੇ ਸ਼ੇਰ ਫੋਈ, ਤੇ ਸ਼ੇਰ ਨੂੰ ਜਿਹੜੀ ਹੈ ਉਹ ਬਘਿਆੜ ਨਹੀਂ ਮਿਲ ਜਾਵੇ। ਇਹ ਵਾਰਿਸ ਸ਼ਾਹ ਇਹ ਦੁਰੋਂ ਸੰਯੋਗ ਹੈ ਨਹੀਂ, ਇਹ ਨਾ ਇਨਸਾਫੀਆਂ ਤੁਰੇ ਹੁੰਦੀਆਂ ਆਈਆਂ। ਅਗਲਾ ਜੀ, ਹਰ ਵਕਤ ਹੈ ਫਜ਼ਲ ਦਾ ਮੀਂਹ ਵਸੇ, ਬੁਰਾ ਕੌਣ ਮੁਨਾਮ ਦਾ ਗੁੱਠਿਆਂ ਨੂੰ ਬੱਠਿਆਂ ਨੂੰ। ਜੇ ਫਜ਼ਲ ਦਾ ਬਲੈਸਿੰਗ ਦਾ ਮੀਂਹ ਪਵੇ ਤੇ ਮੀਂਹ ਪੈਣ ਨੂੰ ਕੌਣ ਬੁਰਾ ਮਨਾਏਗਾ। ਲੱਭ ਯਾਰ ਦੇ ਆਵ ਹਯਾਤ ਬਾਝੋਂ, ਕੌਣ ਜ਼ਿੰਦਗੀ ਬਖਸ਼ਦਾ ਕੁੱਠਿਆਂ ਨੂੰ। ਯਾਰ ਦੇ ਜਿਹੜੇ ਹੋਂਟ ਨੇ ਉਹਨਾਂ ਲੱਭ ਯਾਰ ਦੇ ਆਪ ਹਯਾਤ ਬਾਝੋਂ, ਜਿਹੜੇ ਯਾਰ ਦੇ ਹੋਂਟ ਹੁੰਦੇ ਨੇ ਉਹ ਆਪ ਹਯਾਤ ਹੁੰਦਾ ਹੈ, ਅਟਰਨਲ ਵਾਟਰ ਹੁੰਦਾ ਹੈ। ਉਹਨਾਂ ਤੋਂ ਬਗੈਰ ਇਸ਼ਕ ਦਿਆਂ ਕੁੱਠਿਆਂ ਨੂੰ, ਇਸ਼ਕ ਦੇ ਕਤਲ ਕੀਤਿਆਂ ਹੋਇਆਂ ਨੂੰ ਹੋਰ ਕੌਣ ਜ਼ਿੰਦਗੀ ਦੇ ਸਕਦਾ। ਦੋਵੇਂ ਆਫ਼ਤਾਬ ਦੀ ਮਾਰ ਲਈਏ, ਕਰਾਮਾਤ ਮਨਾਮ ਦੀ ਰੁੱਠਿਆਂ ਨੂੰ। ਤੁਸੀਂ ਤੂੰ ਤੇ ਮੈਂ ਜਿਹੜੀ ਹੈ ਹਿਜਰ ਦੀ ਆਹਾਂ ਮਾਰੀਏ,
वारस मार के आह ते शहर शहर साड़ो बादशाह जाने असा मुठियां आ ऐसी मार कि शहर सड़ जावे कि बादशाह असी जिहड़े कि डिसीव्ड है मुठियां नू डिसीव लोकां दी गल सुन सुन लगे। अगला जी हीर नाल फराक दे आ मारी रब्बा वेख साडियां बखण भाही। हीर ने फराक दे नाल आ मारी है बदुआ दिती है कि रब्बा वेख साडियां अगा साडियां साडे जिहड़े दोवें पासे ने साडे हर तरफ अग लगी है बखण भाही भाही दे पासियां दे उत्ते ऑन द साइड अगे अग पिछे छप सी पासे पासी साडे अगे अग है पिछे साडे सप है अगे अग पिछे सप ते एक जिहड़ी साइड है उहदे उत्ते शेर खड़ा है मतलब तिन्ना तरफा तो ही सानू घेरिया है साडी वाह ना चल दी चौही राही चारां पासिआं दे विचों किसे पासे भी साडा वस नहीं चल रहा इक्के मेल रंजेठड़ा उमर जाला या तो मैनूं रांझा मिला दे तो मैं अपनी उम्र जिहड़ी है उहदे नाल गुजार लवां इक्के दोहां की उम्र अलख लाही या दोहां की उम्र नूं अलख लाही कट दवी या दोनों नूं उम्र नूं खत्म कर दी कहर कीता देश वालिया ने देश इस शहर नू काजरा अग लाई इन्हों ने इन्ना ना इंसाफी की है कि इनू अग ला दी। अगला बन जी रब्बा ओ पाई कहर शहर उत्ते जेड़ा घट फिरौन डुबाया ही ऐसा इस शहर के उत्ते कहर पा जिस तरह का तू फिरौन दे उत्ते पाया वो तुहानू पता है फिरौन की कहानी की तुसी पढ़ी होनी है मूसेस दे विच क्यों जी अंदर की है कहानी है सर मैनू नहीं आइडिया जो मूसा जिहड़ा अपनी कौम नू लै के ते दरिया विचों लंघ गए लंघना सी उन्हें ते रब ने दरिया नू पाड़ के ते उदे मूसा दे लंघन दा रस्ता बना दिता ते मूसा उस दरिया चों रब दे बनाए रस्ते चों लंघ गया ते जिहड़ा फिरौन सी ओ जदों लंघन लगा उदे पिछे उन्हूं फड़न लई ते दरिया जिहड़ा है ओ उन्हें रस्ता बंद करता ते ओ विच गर्क हो गया फिरौन। एक कहानी है फिरौन की जेड़ा नाजल होया जिक्रिये ते उनू घट शरीं चरवाया ही जेड़ा जिक्रिया सी ओ शरीं विच लुकिया सी शरीं दे दरख्त विच ते रब ने उनू चरवा दिता सी यानी मतलब आरी दे नाल जेड़ा पा के कहर ते नाल गुस्से विच अग खलील पवाया ही जिस कहर दे नाल तू हजरत खलीला नू अग दे विच पाया सी ए भी पैगंबर सी ते अग च उन्हूं सुट्टिया सी ते ओ अग जिहड़ी है ओ फुल बन गई सी जेड़ा पा के कहर ते सठ तख्तों सुलेमान नू भट झलकाया ही इसका सुलेमान है ये भी एक पैगंबर सी प्रॉफिट सी बादशाह सी ते उन्हूं रब ने उत्तों ऐसा उहदे ते कहर नाजल किया सी कि वह फिर पट्ठी झोकदा सीगा किसे दी जिहड़े कहर दा यूनुस ते पिया बदल ये भी एक होर पैगंबर सी उहदे ते जिहड़ा कहर दा बदल पिया सी उन्हूं डंबरे थों निकलवाया ही उन्हूं मच्छी ने निकल लिया सी डंबला मतलब मच्छी की एक किस्म होंदी है तुसीं सुणिया होणा।
चलो ये 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 मेनू मैं ते मतलब ये कि कन्विंस नहीं है कि ये वारिस शाह है क्योंकि ये जो पैगंबर दे इत्थे जिक्र ने ना ये मैं लगता है कि ये वारिस शाह तो बाद जेड़ा जेड़ा डिक्लाइनिंग पीरियड आता ना पंजाबी पोएट्री का उहदे विच मैं देखा है कि जेड़े इस्लामी पैगंबर ते हिंदू जेड़े ने उन्हां दे जेड़े बहुती जिहड़ी है वह की जाती है वारिस शाह दे वेलियां तक ना बुल्ले शाह ने ना किसी होर ने यह गरदान नहीं की इसलिए इन छोड़ो तुसी इन्ना अज पढ़ लो जेड़े जिसों असी की सी ते फिर अगला अगे करांगे। हाँ जी चलो जी किथे सी सर ये जो काजी ने फतवा दिता मतलब फैसला सुनाया ओदे ते हीर नू तां नहीं पुछिया उन्हें कुछ यार उस वेले बुढ़िया कौन हूं नहीं पुछते लोकी औरतां नू ते ओदो कितों पुछदे सन। चलो मैं तू ठीक है हाँ जी हूं हूं फैसले करदे होए औरतां नहीं इस्लाम दे विच वैसे भी मजमून लिखा है कि औरत दी गवाही अद्धी हुंदी है तुहानू पता है इस गल दा। हाँ सुने है वैसे उदा हाँ जी नहीं सुनिया नहीं है इफेक्ट है। अच्छा ठीक है सर ठीक दो औरतों की गवाही एक मर्द के बराबर है। अच्छा हाँ जी कितों छड़िया सी जी ये अगला हुण पढ़ना काजी खो दित्ती हीर खेड़ियां ऐ पढ़ लिया सी काजी आख्या बोल फकीर मियां मेरा ही ख्याल किसी ने पढ़िया डॉक्टर साहब इत्थों पढ़ना मेरे मेरा तो ख्याल है नहीं सी पढ़िया किसी ने। चलो पढ़ना लगता है भाई चलो पढ़ो जी अपना तुसी जी डॉक्टर साहब हाँ जी पढ़ो। काजी आख्या बोल फकीर मियां छड़ झूठ दे दब दड़ेरियां नूं असल गल सो आख दरगाह अंदर ला यूज करू झगड़ियां झेड़ियां नूं सारे देश विच ठठ हो सने नडी सने नडी दोवें फड़े हो अपने फेड़ियां नूं पिछे मेल के चोया रिड़के आई ओ रवासी वक्त सहेड़ियां नूं भले जटा दी शर्म तू ला सटी खुआर कीता इस स्याला ते खेड़ियां नूं भला मच्यो आन के दावियां ते सलाम है वल छला तेरियां नूं आबू आबुंदियां चाड़ के चब चुकूं हुन वोटड़ी दी ऐ खेड़ियां नूं दे ऐ खेड़ियां नूं आओ वेख लो सुनन गिनन वालो वायो सॉरी आओ वेख लो सुन गिनन वालियो ए हाँ आओ वेख लो सुनन गिनन वालियो ए मला जे डोब दे बेड़ियां नूं दुनियादार नूं औरतां जुद फकरां मियां छड़ कर शोधियां झेड़ियां नूं काजी बहुत जे आमदा तरस तैनू बेटी अपनी बख्श दे खेड़ियां नूं नित माल पराए हुन चोर खांदे ए दस मसले राई बेड़ियां नूं छड़ जा हया दे नाल जटी नहीं जान सै दुरियां मेरियां नूं गनी कुल जहान दे पकड़ेंगे वर्षा फकीर दे फेड़ियां नूं। चलो जी अगला बीबा जी चलो मिनट काजी खो दित्ती हीर खेड़िया नूं मारो ए फकीर दगोलिया जे विचों चोर ते यार ते लुच लंडा वेखो बारों वली ते औलिया जे दगादार ते झगड़ू कलाकारी बन फिरे मशाइख ते औलिया जे वारिस दगे दे आवे ता सफा गाले अखी मीट बहे जापे रौड़िया जे। हाँ जी चलो जी अगला सतिंदर। हाँ जी सर पढ़ता हीर खो खेड़े चले वाहो दाही रांझा रहा मूह गुंज हैरान यारो उड़ जाए के निगरे गर्क होवे वेले वेल दिवस ना जमी आसमान यारो
खेप मार लई खेतरे सड़े बौल हुके खतरी। अच्छा इत्थे सर गलत लिखा, खेप मारी है खतरी सड़े बौल सड़े बौल हुके अमलिया दे रुड़ जान यारो डूरा वेख के मीर शिकार रोवण हथों जिन्ना दियो बाज उड़ जान यारो उना होश ते अकल ना तान रहिंदी सिरी जिन्ना दे पौन पैन वदान यारो हीर ला के कुंड हैरान होई सती चिखा दे विच मैदान यारो तिखा दीदड़ा वांग महा सती दे मल खड़ी सी इश्क मैदान यारो विच उड़नी सैम दे नाल जट्टी जिवें विच किरबान कर कमान यारो खूंडे अते चुगान लै बेस नहीं 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 आगा बेच नहीं नहीं अगली चुको चुप छल हो बोलनो रही जट्टी। अच्छा ठीक है सर, चुप छल हो बोलनो रही जट्टी बिना रूह दे जिवें इंसान यारो वारे शाह दोवें परेशान होए जिवें पड़िया लाहौल शैतान यारो। ये तुहानू पता ना लाहौल वाला कूच पढ़ते ने शैतान सौण लई मुसलमान जिहड़े ने उन्होंने शैतान सौण लई लाहौल वाला कूच पढ़ते नहीं कोई नहीं पढ़ता कोई नहीं है बापू शैतान होंगे ने पढ़ना किसी लिए नहीं मैं कह नाता नुता कोई नहीं शैतान उठे होंगे सारे। चलो जी अगला मैं पढ़ा जी। हाँ जी हाँ जी। अच्छा ये हैगा जी रांझा हीर नो रांझा आखदा जा की वेखदी है बुरा मौत थी ए विजोग है नी पए ताड़वी लुट लै चले मैनू इस दुख दी दुख की जानदा लोग है नी मिली सदे नू हीर ते सुआ मैनू तेरा नाम दा असानू टोग है नी बुकल लेफ दी ते जफी वोटियां दी ए रुत सियाल दा भोग है नी सौकन रन गवांड कुपत्यां दा भले मर्द दे बाप दा रोग है नी खुशी नित होवन मर्द फुल वांगू ते करी जिना दे नित दा सोग है नी तिना विच जा जहान की मजा पाया गले जिना दे रेश्ता जोग है नी जेड़ा बिना खुराक दे करे कुश्ती उस मर्द दा जानिए फोग है नी असमान टै पवे ता नहीं मरदे बाकी जिना दी जिमी ते चोग है नी जदों कदों महबूब ना छड़ना काला नाग खुदाए दे जोग है नी ताऊ कूंज नू मिली ते शेर फावी वारिस शाह तुरों संजोग है नी वारिस शाह तुरों संजोग। चलो जी अगला सही अच्छे जी अमरजीत जी ए मेरा फेवरेट वैसे बंद है सी अगला जी जी तोड़े कई फेवरेट बंद ने तुसी काफी पढ़ी हुई है मेरा ख्याल रिकॉर्डिंग बंद करो नहीं करया गया ओ बर वक्त जे फजल दा मी वसे बुरा कौन मनावंदा बुठियां नू लब यार दे आबे हयात बाजों कौन जिंदगी बख्शदा कुठियां नू दोवें आह फराक दी मार लेटे करामात मनाव सी रुठियां नू वारस मार के आह दे शेर शहर साड़ू बादशाह जाने असा मुठियां नू। हाँ जी अगला मैं पढ़ दिया चलो पढ़ो जी अगला हीर नाल फराक दे कौन पढ़े मैं पढ़ दो बीबा जी ओ ओके हीर नाल फराक दे आ हमारी रब्बा वेख साडियां पखण ताही पाही अगे अग पिछे सप शी पासी साडी वाह ना चलदी चोही राही
इक्के मेल रंजे छड़ा उम्र जाला इक्के दोहां दी उम्र दी अलख लाहे एडा कहर कीता देश वालियां ने इस शहर नू कादरा अग लाए। चलो जी लो जी इत्थे असीं अज रोकने आ अगले अगला बन छड़ना है ते फिर उस तो अगे असीं शुरू करांगे 613वां बंद। ठीक है जी हुण रह गए 19 बंद ਤੇ ਅਗਲੀਆਂ ਦੋ ਸਿਟਿੰਗਸ ਦੇ ਵਿੱਚ ਮੁੱਕ ਜਾਣ। ਰਿਕਾਰਡਿੰਗ ਕਲੋਜ਼। ਹਾਂਜੀ।